ਚੋਰਾਂ ਤੇ ਵੱਲੋਂ ਅੱਜ ਕੱਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਨਵੇਂ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਨੇ। ਚੋਰ ਅੱਜ ਕੱਲ ਚੋਰੀ ਕਰਨ ਦੇ ਲਈ ਨਵੇਂ ਤਰੀਕੇ ਅਪਣਾ ਰਹੇ ਨੇ, ਜਿਸ ਨੂੰ ਦੇਖ ਕੇ ਆਮ ਲੋਕ ਹੈਰਾਨ ਹੋ ਜਾਂਦੇ ਨੇ। ਘਟਨਾ ਨਾਭਾ ਦੇ ਅਧੀਨ ਪੈਂਦੇ ਪਿੰਡ ਦੁਲੱਦੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਇਕ ਸੂਬੇਦਾਰ ਦੀ ਹੈ, ਜਿਹੜੇ ਕਿ ਆਪਣੀ ਫੌਜ ਦੀ ਨੌਕਰੀ ਦੌਰਾਨ ਛੁੱਟੀ ਕੱਟਣ ਦੇ ਲਈ ਆਪਣੇ ਪਿੰਡ ਦੁਲੱਦੀ ਵਾਪਸ ਆ ਰਹੇ ਸੀ ਤੇ ਦਿੱਲੀ ਤੋਂ ਆਉਂਦਿਆਂ ਰਸਤੇ ਦੇ ਵਿੱਚ ਬੱਸ ਦੇ ਸਫ਼ਰ ਦੌਰਾਨ ਉਹਨਾਂ ਦੇ ਨਾਲ ਬੈਠੇ ਵਿਅਕਤੀ ਨੇ ਉਹਨਾਂ ਦੇ ਨਾਲ ਕੁਝ ਅਜਿਹਾ ਕੀਤਾ ਕਿ ਉਹਨਾਂ ਦਾ ਸਾਰਾ ਹੀ ਸਮਾਨ ਲੁੱਟ ਕੇ ਲੈ ਗਿਆ। ਜ਼ਿਕਰਯੋਗ ਹੈ ਕਿ ਫੌਜੀ ਸੁਰਜੀਤ ਸਿੰਘ ਦੇ ਨਾਲ ਜਿਹੜਾ ਵਿਅਕਤੀ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ, ਉਸ ਵਿਅਕਤੀ ਦੇ ਵੱਲੋਂ ਸੁਰਜੀਤ ਸਿੰਘ ਨੂੰ ਕੋਲਡ ਡਰਿੰਕ ਦੇ ਵਿੱਚ ਕੁਝ ਮਿਲਾ ਕੇ ਪਿਲਾ ਦਿੱਤਾ ਗਿਆ, ਜਿਸ ਤੋਂ ਬਾਅਦ ਸੁਰਜੀਤ ਸਿੰਘ ਨੇ ਆਪਣੀ ਹੋਸ਼ ਗਵਾ ਲਈ ਅਤੇ ਉਹ ਵਿਅਕਤੀ ਸੁਰਜੀਤ ਸਿੰਘ ਦੇ ਸਾਰੇ ਹੀ ਸਮਾਨ ਦੇ ਉੱਤੇ ਆਪਣਾ ਹੱਥ ਸਾਫ਼ ਕਰਕੇ ਰਫੂ ਚੱਕਰ ਹੋ ਗਿਆ। ਬੱਸ ਸਟੈਂਡ ਦੇ ਉੱਤੋਂ ਬੱਸ ਵਿੱਚ ਬੈਠਿਆ ਅਤੇ ਉਹਦੇ ਨਾਲ ਮੇਰੇ ਪੈਸੇਂਜਰ ਸੀਗਾ ਅਤੇ ਉਹਨਾਂ ਤੋਂ ਲੈ ਕੇ ਜੂਸ ਪੀਤਾ ਕੱਪ ਕੇ ਥੋੜ੍ਹਾ, ਅਤੇ 12 ਕੁ ਵਜੇ 15 ਕੁ ਮਿੰਟ ਬਾਅਦ ਉਹ ਮੇਰੇ ਦਿਮਾਗ ਨੂੰ ਅਸਰ ਕਰਨ ਆ ਗਿਆ। ਕਿੱਥੋਂ ਆ ਰਹੇ ਸੀ ਤੁਸੀਂ? ਦਿੱਲੀ ਤੋਂ ਆ ਰਹੇ ਸੀ, ਪਟਿਆਲਾ ਨੂੰ। ਅੱਛਾ, ਚੰਡੀਗੜ੍ਹ ਦਿੱਲੀ ਦੇ ਵਿੱਚ ਕਿਸੇ ਜਗ੍ਹਾ 'ਤੇ। ਅੱਛਾ, ਦਿੱਲੀ ਦਿੱਲੀ ਤੁਹਾਡੀ ਡਿਊਟੀ ਦਿੱਲੀ ਤੋਂ ਹੀ ਆ ਰਹੀ ਸੀ ਤੁਸੀਂ? ਕਿੰਨੇ ਜਾਣੇ ਸੀ ਉਹ ਬੰਦੇ ਜਿਹੜੇ ਮਤਲਬ ਪਲਾਇਆ ਤੁਹਾਨੂੰ? ਇਕੱਲੇ ਸੀ ਪਤਾ ਹੀ, ਇਕੱਲਾ ਸੀ, ਇਕੱਲਾ ਹੀ। ਉਹ ਕਿੱਥੋਂ ਬੈਠਿਆ ਤੁਹਾਡੇ ਨਾਲ? ਬੱਸ ਸਟੈਂਡ 'ਚ ਬੈਠਿਆ ਮੇਰੇ ਨਾਲ, ਦਿੱਲੀ ਤੋਂ? ਹਾਂਜੀ ਹਾਂਜੀ, ਬੈਗ 'ਚ ਉਸ ਕੱਢਿਆ, ਚਲੋ ਉਹਨਾਂ ਨੇ ਕਾਬਜ਼ ਪਾ ਲਿਆ ਅਤੇ ਆਪ ਉਦਾਂ ਪੀਣ ਲੱਗ ਗਏ ਅਤੇ ਮੈਂ ਕਾਬਜ਼ ਪੀਣ ਲੱਗ ਗਿਆ ਜੀ। ਮੈਂ ਕਾਫੀ ਟਾਈਮ ਲਗਾਇਆ ਪੀਣ ਦਿੱਲੀ, ਅਤੇ ਹੌਲੀ ਹੌਲੀ ਕਰਕੇ ਪਤਾ ਨਹੀਂ ਕਿਹਾ ਮੇਰੇ ਦਿਮਾਗ ਨੂੰ, ਮਤਲਬ ਕਿਹਾ ਜੀ ਨੇ ਕੀ ਫੜੇ, ਮੈਨੂੰ ਨਸ਼ਾ ਕੀਤਾ ਉਦਾਂ ਮੈਨੂੰ ਨੇ, ਉਹ ਬਿਲਕੁਲ ਮੈਨੂੰ ਸੁਨਸਾਨ ਕਰਤਾ ਜੀ। ਫਿਰ ਉਲਟਿਆ ਲੱਗ ਗਿਆ ਉਸ ਤੋਂ ਬਾਅਦ? ਤੇ ਉਹ ਉਤਰਿਆ ਕਦੋਂ, ਕਿੱਥੇ ਆ, ਤੁਹਾਨੂੰ ਪਤਾ ਕੁਛ? ਯਾਦ ਆ? ਨਹੀਂ ਸਰ, ਕੁਛ ਨਹੀਂ ਪਤਾ, ਕੁਛ ਨਹੀਂ। 12 ਵਜੇ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ ਵੀ ਕੀ ਹੋਇਆ ਕੀ ਨਾ। ਇੱਥੇ ਕੌਣ ਛੱਡ ਕੇ ਗਿਆ ਫਿਰ ਤੁਹਾਨੂੰ? ਇੱਥੇ ਪਟਿਆਲੇ ਬੱਸ ਸਟੈਂਡ ਦੇ ਉੱਪਰ ਆ ਕੇ ਦੱਸਿਆ ਉਹਨਾਂ ਨੇ ਮੈਨੂੰ, ਪਟਿਆਲੇ ਤੋਂ ਲੈ ਗਿਆ ਸਰ। ਔਰ ਸਾਰੀ ਸਮਾਨ ਲੈ ਗਈ, ਪੈਸੇ ਵੀ ਹੋਣਗੇ? ਪੈਸੇ ਵੀ ਹੋਣਗੇ ਜੀ, ਮੋਬਾਈਲ ਵੀ। ਮੋਬਾਈਲ ਵੀ? ਕਿੰਨੇ ਮੋਬਾਈਲ ਸੀਗੇ? ਦੋ ਤੇ ਇੱਕ ਛੋਟਾ ਸੀ, ਇੱਕ ਬੜਾ ਸੀ। ਅੱਛਾ, ਦੋਨੇ ਮੋਬਾਈਲ ਲੈ। ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਯਾਨੀ ਜਦੋਂ ਇਹ ਉਤਰੇ, ਕਿਹਨੇ ਦੱਸਿਆ ਤੁਹਾਨੂੰ? ਇਹ ਸਾਨੂੰ ਕਨੈਕਟਰ ਨੇ ਫੋਨ ਕਰਿਆ ਜੀ, ਵੀ ਤੁਹਾਡਾ ਕਰਕੇ ਇੱਕ ਦੇ ਫੌਜੀ ਮੁੰਡਾ ਲੜ ਦਰ ਕਹਿੰਦੇ ਵੀ ਹਾਂਜੀ ਠੀਕ ਹੈ। ਫਿਰ ਚਲੋ ਉਹਨਾਂ ਨੇ ਫਿਰ ਕਨੈਕਟ ਕਰੇ ਉੱਤੇ ਹਰੀਗੜ੍ਹ ਅੱਡੇ 'ਤੇ ਲਾ ਦਿੱਤੇ। ਫਿਰ ਅਸੀਂ ਬੇਹੋਸ਼ੀ 'ਚ ਲੈ ਕੇ ਇੱਥੇ, ਪਹਿਲਾਂ ਤਾਂ ਬਿਲਕੁਲ ਬੇਹੋਸ਼ ਹੋਣਾ, ਇੱਥੇ ਕਿੰਨੇ ਘੰਟੇ ਮੋਰ ਹੋਸ਼ ਆਈ ਹੈ? ਫਿਰ
ਦੱਸਣ ਮੁਤਾਬਕ ਜੂਸ ਚ ਕੁਛ ਏਦਾਂ ਹੀ ਕਹਿੰਦੇ ਨੇ ਰੋਟੀ ਪਰਾੜੀ ਜਿਹੜੀ ਹੁੰਦੀ ਕੋਲਡ ਡਰਿੰਕ ਵੀ ਉਹਦੇ ਕੋਲ ਪਿਆ ਹੈ ਉਦੋਂ ਬਾਅਦ ਨਹੀਂ ਪਤਾ ਲੱਗਿਆ ਦਿੱਲੀ ਤੋਂ ਬੈਠਾ ਇਸ ਤਰ੍ਹਾਂ ਬੋਲਦਾ ਸੀ ਕੁਛ ਆਪਣੇ ਦੱਸਦਾ ਤੇ ਫਿਰ ਇਹੀ ਉੱਥੋਂ ਉਹਨਾਂ ਨੇ ਦੱਸਿਆ ਹੋਊਗਾ ਵੀ ਹਰੀਗੜ੍ਹ ਪਹੁੰਚਦੇ ਅਸੀਂ ਉੱਥੇ ਸਾਨੂੰ ਹਰੀਗੜ੍ਹ ਦੇ ਅੱਗੇ ਯਾਨੀ ਜਿਹੜਾ ਬੱਸ ਵਾਲੇ ਨੇ ਉਹਨਾਂ ਨੇ ਯਾਨੀ ਇਹ ਵੀ ਵਧੀਆ ਸਾਡੇ ਪਹੁੰਚ ਕਰਤੀ। ਸੁਰਜੀਤ ਸਿੰਘ ਇੱਕ ਪੇਸ਼ੈਂਟ ਹੈਗਾ ਰਫਲੀ 30 ਸਾਲ ਦਾ ਹੈਗਾ ਦਲੋਦੀ ਪਿੰਡ ਦਾ ਰਹਿਣ ਵਾਲਾ ਇਹ ਸਰਵਿਸਮੈਨ ਬੰਦਾ ਦਿੱਲੀ ਤੋਂ ਆ ਰਿਹਾ ਸੀਗਾ ਅਤੇ ਜੋ ਇਹਨੇ ਐਲਰਜ ਕੀਤਾ ਵੀ ਮੈਨੂੰ ਕਿਸੇ ਨੇ ਫਰੂਟੀ 'ਚ ਕੁਛ ਮਿਕਸ ਕਰਕੇ ਦਿੱਤਾ ਅਤੇ ਸਾਡੇ ਕੋਲ ਜਦੋਂ ਆਇਆ ਵੈਸੇ ਕੰਡੀਸ਼ਨ ਕਾਫੀ ਸਡੇਟਿਡ ਸੀਗਾ ਬਹੁਤ ਜ਼ਿਆਦਾ ਅਤੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਸੀ ਕਰ ਸਕਦਾ ਫਿਰ ਅਸੀਂ ਕੁਛ ਟ੍ਰੀਟਮੈਂਟ ਵਗੈਰਾ ਦਿੱਤੀ ਹੈ ਅਤੇ ਹੁਣ ਰਿਕਵਰ ਕਰ ਰਿਹਾ ਮੈਡੀਸਨ ਵਾਲੇ ਨੂੰ ਦਿਖਾ ਦਿੱਤਾ ਅਤੇ ਪਰ ਹਾਲੇ ਪੂਰੀ ਗੱਲ ਪਤਾ ਨਹੀਂ ਹੈ ਵੀ ਕਿਸ ਟਾਈਮ ਦਿੱਤਾ ਡਰਾਈਵਰ ਜਿਹੜਾ ਸੀ ਨਾਲ ਬੱਸ 'ਤੇ ਲੈ ਕੇ ਆਇਆ ਉਹ ਦੱਸ ਰਿਹਾ ਸੀ ਵੀ ਇਹਨੂੰ ਕਿਸੇ ਨੇ ਫਰੂਟੀ 'ਚ ਕੁਛ ਮਿਕਸ ਕਰਕੇ ਦਿੱਤਾ ਕਾਫੀ ਨਿਸ਼ਚਿਤ ਚੀਜ਼ ਹੋਊਗੀ ਜਿਹੜੇ ਇੰਨਾ ਕ੍ਰਿਟੀਕਲ ਹੋ ਗਈ ਇੱਕਦਮ ਆਉਂਦਾ ਹਾਂਜੀ ਕੋਈ ਕਹਿੰਦੇ ਨੇ ਲੋਕ ਵੀ ਦਤੂਰਾ ਪੋਇਜ਼ਨਿੰਗ ਵਗੈਰਾ ਹੁੰਦੀ ਹੈ ਬਾਕੀ ਹੁਣ ਪੂਰਾ ਪਤਾ ਨਹੀਂ ਹੈ ਸਾਨੂੰ ਹਾਲੇ ਕਿਉਂਕਿ ਪੇਸ਼ੈਂਟ ਇਸ ਟਾਈਮ ਦਾ ਟੈਸਟ ਕਰਨਾ ਮੁਸ਼ਕਲ ਹੈ ਵੀ ਕਿਸ ਚੀਜ਼ ਦੀ ਪੋਇਜ਼ਨਿੰਗ ਹੈ ਵੋਮਿਟਿੰਗ ਵਗੈਰਾ ਹਾਂਜੀ ਉਦੋਂ ਵੋਮਿਟਿੰਗ ਵਗੈਰਾ ਸੀ ਪੇਨ ਵਡਮਨ ਸੀ ਸਡੇਟਿਡ ਸੀ ਬਹੁਤ ਗੱਲ ਵੀ ਨਹੀਂ ਸੀ ਕਰ ਸਕਦਾ ਹੁਣ ਇਹ ਬੈਟਰ ਹੈ ਵੈਸੇ ਟ੍ਰੀਟਮੈਂਟ ਦੇ ਨਾਲ ਸਟੇਬਲ ਹੈ ਬਿਲਕੁਲ ਹਾਂਜੀ। ਲਾਈਵ ਤੇਜ ਚੈਨਲ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ।